2012 ਤੋਂ ਲੈ ਕੇ ਇਨਵੈਸਟੀਗੇਸ਼ਨ ਹੁੰਦੀ ਰਹੀ। 2015 'ਚ ਅਸੀਂ ਚਾਰਜਸ਼ੀਟ ਫਾਈਲ ਕੀਤੀਆਂ, ਉਸ ਤੋਂ ਬਾਅਦ ਅੱਜ ਕੇਸ ਦਾ ਫੈਸਲਾ ਆਇਆ ਅਤੇ ਰਾਜਾ ਕੰਦੋੜਾ ਨੂੰ 9 ਸਾਲ ਦੀ ਸਜ਼ਾ ਅਤੇ ਉਹਦੀ ਵਾਈਫ ਨੂੰ ਰਾਜਵੰਦ ਨੂੰ 3 ਸਾਲ ਦੀ ਸਜ਼ਾ ਹੋਈ ਹੈ ਅਤੇ ਵੀ ਆਰ ਹੈਪੀ, ਡਿਪਾਰਟਮੈਂਟ ਇਜ਼ ਹੈਪੀ। ਕਮਿਸ਼ਨ ਸਰ ਤਕਰੀਬਨ 10 ਸਾਲ ਦਾ ਸਮਾਂ ਜਿਹੜਾ ਲੱਗ ਗਿਆ ਸੀ, ਕਿਸ ਤਰੀਕੇ ਪ੍ਰੋਸੀਡਿੰਗ ਚੱਲੀ ਹੈਗੀ, ਜਿਹੜਾ ਮਤਲਬ ਕਿੰਨਾ ਸਮਾਂ ਲੱਗਿਆ ਅਤੇ ਫਿਰ ਕਿਹੜੀ ਚੀਜ਼ ਦਾ ਤੱਥ ਲਏ ਜਿਹੜੇ ਪਏ? ਦੇਖੋ ਜੀ, ਇਨਵੈਸਟੀਗੇਸ਼ਨ ਦੇ ਵਿੱਚ ਟਾਈਮ ਲੱਗਦਾ, ਟਾਈਮ ਕੰਜ਼ੂਮਿੰਗ ਹੈ, ਬਿਕਾਜ਼ ਉਹਨਾਂ ਦੀ ਪ੍ਰੋਪਰਟੀਜ਼ ਅਸੀਂ ਲੱਭਣੀਆਂ ਸਾਰਿਆਂ ਦੀ, ਜਿੰਨੇ ਜਿੰਨੇ ਬੰਦੇ ਇਨਵੋਲਡ ਹੈ, 1-2 ਬੰਦੇ ਨਹੀਂ ਸੀ, ਕਾਫੀ ਬੰਦੇ ਸੀਗੇ, ਅਤੇ ਉਹ ਸਾਰੇ ਜਿਹੜੇ ਮੁਲਜ਼ਮ ਇਨਵੋਲਡ ਸੀਗੇ ਉਹਨਾਂ ਦੀ ਪ੍ਰੋਪਰਟੀਜ਼ ਲੱਭਣੀ ਹੈ, ਉਹਨਾਂ ਦੇ ਬੈਂਕ ਅਕਾਊਂਟ ਲੱਭਣੇ ਹੈ, ਫਿਰ ਉਹਨਾਂ ਦੇ ਜਿਹੜੇ ਵੇਅਰ ਅਬਾਊਟਸ ਹੈ, ਕਿੱਥੇ ਕਿੱਥੇ ਬੰਦੇ ਰਹੇ ਆ, ਸਾਰੀ ਇਨਕੁਆਇਰੀ ਹੁੰਦੀ ਹੈ। ਇਹ ਜਿਹੜੀ ਪ੍ਰੋਪਰਟੀ ਅਸੀਂ ਲੱਭਦੇ ਹਾਂ ਉਹਦੀ ਫਿਰ ਅਟੈਚਮੈਂਟ ਕਰਦੇ ਹਾਂ, ਔਡਰ ਪਾਸ ਕਰਦੇ ਹਾਂ, ਉਹ ਅਟੈਚਮੈਂਟ ਔਡਰ ਪਾਸ ਕਰਦੇ ਹਾਂ, ਉਸ ਤੋਂ ਬਾਅਦ ਫਿਰ ਇਹ ਪ੍ਰੋਸੀਕਿਊਸ਼ਨ ਅਸੀਂ ਇੱਥੇ ਕੋਰਟ ਦੇ ਵਿੱਚ ਲਾਂਚ ਕਰਦੇ ਹਾਂ, ਅਤੇ ਉਹਦੇ ਵਿੱਚ ਟਾਈਮ ਲੱਗਦਾ। ਫਿਰ 2015 'ਚ ਅਸੀਂ ਚਾਰਜਸ਼ੀਟ ਫਾਈਲ ਕੀਤੀਆਂ ਕੋਰਟ ਦੇ ਵਿੱਚ, ਉਸ ਤੋਂ ਬਾਅਦ ਟ੍ਰਾਇਲ ਚੱਲਦਾ ਰਿਹਾ, ਫਿਰ ਕਿਉਂਕਿ ਬਹੁਤ ਲੌਂਗ ਡਰਾਉਨ ਟ੍ਰਾਇਲ ਸੀਗਾ, ਲੰਮਾ ਟ੍ਰਾਇਲ ਸੀ, ਫਿਰ 1.5-2 ਸਾਲ ਕਰੋਨਾ ਵੀ ਆਇਆ, ਉਹਨੇ ਵੀ ਸਾਡਾ ਟਾਈਮ ਸਾਰਿਆਂ ਦਾ ਹੀ ਕੰਜ਼ੂਮ ਕੀਤਾ, ਪਰ ਫਿਰ ਵੀ ਨੈੱਟ ਰਿਜ਼ਲਟ ਹੈ ਕਿ ਜਿਹੜੇ ਮੁਲਜ਼ਮ ਸੀਗੇ, ਜਿਹੜੇ ਪੰਜਾਬ ਦੇ ਦੁਸ਼ਮਣ ਨੇ, ਜਿਹੜੇ ਡਰੱਗ ਦੇ ਲੋਰਡਜ਼ ਨੇ, ਜਿਹੜੇ ਸਾਡੀ ਯੂਥ ਨੂੰ, ਜਵਾਨੀ ਨੂੰ, ਬੱਚਿਆਂ ਨੂੰ ਖਰਾਬ ਕਰ ਰਹੇ, ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ। ਸੋ ਵੀ ਆਰ ਹੈਪੀ, ਡਿਪਾਰਟਮੈਂਟ ਹੈਪੀ। ਸਰ ਓਵਰਆਲ ਗੱਲ ਕਰੀਏ, ਪ੍ਰੋਪਰਟੀ ਸੀ ਕਿੰਨੀ ਕੁ ਪ੍ਰੋਪਰਟੀ ਹੈਗੀ ਜਿਹੜੀ ਮੌਡ ਲਫਸੋਂ ਗੱਲ ਕਰ, ਕਿੰਨੀ ਅਟੈਚ ਹੋਈ ਹੈਗੀ? ਪ੍ਰੋਪਰਟੀ ਬਹੁਤ ਨੇ ਜੀ, ਇਹਨਾਂ ਦੀ ਸਾਰਿਆਂ ਦੀ ਪ੍ਰੋਪਰਟੀ, ਬਹੁਤ ਪ੍ਰੋਪਰਟੀਜ਼ ਨੇ, ਯੈਸ ਤਕਰੀਬਨ, ਅਤੇ ਹੁਣ ਤਾਂ ਅੱਜ ਦੇ ਡੇਟ ਦੇ ਵਿੱਚ ਤਾਂ ਕਾਫੀ ਵੈਲਿਊ ਹੈ ਉਹਨਾਂ ਦੀ, ਉਹਨਾਂ ਦੇ ਵਿੱਚ ਹੋਟਲ ਹੈ, ਉਹਨਾਂ ਦੇ ਵਿੱਚ ਉਹਨਾਂ ਦੇ ਬੜੇ ਬਹੁਤ ਵੱਡੇ ਵੱਡੇ ਮਕਾਨ ਨੇ, ਦਿੱਲੀ ਦੇ ਵਿੱਚ ਵੀ ਨੇ, ਪੰਜਾਬ ਦੇ ਵਿੱਚ ਵੀ ਨੇ, ਲੈਂਡ ਐਗਰੀਕਲਚਰ ਲੈਂਡ ਹੈਗੀਆਂ, ਅਤੇ ਇਸ ਤਰ੍ਹਾਂ ਕਰਕੇ ਕਾਫੀ ਪ੍ਰੋਪਰਟੀਜ਼ ਹੈਗੀਆਂ। ਸੋ ਆਈ ਥਿੰਕ ਨਾਓ ਕੋਰਟ ਹੈਜ਼ ਡਿਸਾਈਡਿਡ ਕਿ ਪ੍ਰੋਪਰਟੀ ਭਾਰਤ ਸਰਕਾਰ ਦੀ ਹੈ, ਕ੍ਰਾਈਮ ਪ੍ਰੋਸੀਡ ਹੈ, ਅਤੇ ਇਹਨਾਂ ਦੀ ਪ੍ਰੋਪਰਟੀ ਨਹੀਂ ਹੈਗੀ। ਇਹ ਜਿੱਦਾਂ ਹਾਈ ਪ੍ਰੋਫਾਈਲ ਕੇਸ ਸੀਗਾ ਸਰ, ਇਸ 'ਤੇ ਪ੍ਰੈਸ਼ਰ ਵੀ ਬਹੁਤ ਰਿਹਾ ਹੋਣਾ ਤੁਹਾਡੇ 'ਤੇ, ਕਾਫੀ ਪੋਲੀਟੀਕਲ ਪ੍ਰੈਸ਼ਰ ਆ ਕੋਈ ਪ੍ਰੈਸ਼ਰ ਦੀ, ਇੱਦਾਂ ਇੱਦਾਂ ਕਰ ਦਿੰਦੇ ਹਾਂ ਅਸੀਂ, ਨੋ ਪ੍ਰੋਬਲਮ, ਇਨਵੈਸਟੀਗੇਸ਼ਨ ਦੇ ਟਾਈਮ ਪ੍ਰੈਸ਼ਰ ਬਹੁਤ ਆਉਂਦੇ ਆ, ਨੋ ਪ੍ਰੋਬਲਮ, ਸਾਨੂੰ ਦਿਖਦਾ ਸਿਰਫ ਇਹ ਕਿ ਇਸ ਬੰਦੇ ਦਾ ਸਜ਼ਾ ਹੋਣੀ ਚਾਹੀਦੀ ਹੈ, ਜਿਹੜਾ ਕਾਨੂੰਨ ਜਿਹਨੇ ਤੋੜਿਆ ਉਹਨੂੰ ਸਜ਼ਾ ਅਲਟੀਮੇਟਲੀ ਹੋਣੀ ਚਾਹੀਦੀ ਹੈ, ਬਸ ਸਾਨੂੰ ਇਹ ਜਿਹੜੀ ਮੱਛੀ ਦੀ ਅੱਖ ਹੈ ਉਹ ਸਾਨੂੰ ਦਿਖਦੀ ਹੈ ਇਨਵੈਸਟੀਗੇਟਿੰਗ ਅਫਸਰ ਨੂੰ, ਅਤੇ ਆਈ ਥਿੰਕ ਵੀ ਹੈਵ ਸਕਸੈਸਡ ਇਨ ਦੈਟ। ਦੇਖੋ ਜੀ, ਬਿਲਕੁਲ ਕਲੀਅਰ ਹੈ ਗੱਲ ਕਿ ਜੇ ਕ੍ਰਾਈਮ ਨਹੀਂ ਹੈਗਾ ਤੇ ਪ੍ਰੋਸੀਡ ਵੀ ਨਹੀਂ ਹੋ ਸਕਦੀ, ਵੈਰੀ ਕਲੀਅਰ, ਪਰ ਕਿਉਂਕਿ ਉਹ ਕ੍ਰਾਈਮ ਤਾਂ ਉੱਥੇ ਹੋਇਆ ਸੀਗਾ ਜੀ, NDPS ਦਾ ਕ੍ਰਾਈਮ ਉੱਥੇ ਹੋਇਆ ਸੀਗਾ, ਅਤੇ ਕਿਸੇ ਵਜ੍ਹਾ ਨਾਲ ਜੋ ਵੀ ਡਰੋਪ ਹੋਇਆ ਉਹਦੀ ਆਪਾਂ ਨਹੀਂ ਗੱਲ ਕਰਦੇ, ਪਰ ਸਾਡੇ ਕੇਸ ਦੇ ਵਿੱਚ ਕਾਫੀ ਐਵੀਡੈਂਸ ਸੀਗਾ, ਬਹੁਤ ਐਵੀਡੈਂਸ ਸੀਗਾ, ਅਤੇ ਜਿੰਨਾ ਕੁ ਐਵੀਡੈਂਸ ਸੀਗਾ ਸਾਡੇ DP ਸਾਹਿਬ ਨੇ, ਸ਼ਕਤੀ ਸਾਹਿਬ ਇਹਨਾਂ ਨੇ ਪ੍ਰਸ਼ੂਵ ਕੀਤਾ ਕੋਰਟ ਦੇ ਵਿੱਚ, ਉਹ ਐਵੀਡੈਂਸ ਐਨਾਲਾਈਜ਼ ਕੀਤਾ, ਉਹ ਕੋਰਟ ਨੂੰ ਕਨਵਿੰਸ ਕੀਤਾ ਕਿ ਇਹਦੇ ਖਿਲਾਫ਼ ਬਹੁਤ ਐਵੀਡੈਂਸ ਹੈ, ਅਤੇ ਅਲਟੀਮੇਟਲੀ ਆਨਰੇਬਲ ਕੋਰਟ ਨੇ ਮੋਹਰ ਲਾਈ ਸਾਡੀ ਜਿਹੜੀ ਕੰਪਲੇਂਟ ਸੀ ਉਹਦੇ ਉੱਪਰ। ਸੋ ਵੀ ਆਰ ਹੈਪੀ ਵਿਦ ਦੈਟ, ਬਟ ਆਫ ਕੋਰਸ ਇਹ ਰੋਡ ਬਲੋਕ ਸੀਗਾ ਕਿ ਮੇਨ ਕੇਸ ਜੇ ਫਲੋਪ ਹੁੰਦਾ ਹੈ, ਜੇ ਪੁਲਿਸ ਦਾ ਕੇਸ ਫਲੋਪ ਹੁੰਦਾ ਹੈ, ਫਿਰ ED ਨੂੰ ਥੋੜ੍ਹੀ ਦਿੱਕਤ ਆਉਂਦੀ ਹੈ। Last time we gave the example, it's not a linear equation that you commit a crime, you make money and then you dispose it off. You have to see the canvas. And that is why the persons who are not accused in the scheduled offense, even they are accused in the money laundering.
Money laundering means you have to conceal, you have to project, you have to phishing, whatever it is. That's the point. And we could bring out the number of properties for which they have no explanation. And most important thing is that he has never filed any income tax return. Yes. Despite of having crores of rupees. ਜਿਹੜੀ ਪ੍ਰੋਪਰਟੀਜ਼ ਸੀਗੀਆਂ ਜਿਹੜਾ ਕੈਸ਼ ਅਮਾਊਂਟ ਇਹਨਾਂ ਦੇ ਬੈਂਕਾਂ ਦੇ ਵਿੱਚ ਜਮ੍ਹਾਂ ਹੈਗਾ ਜਾਂ ਇਹਨਾਂ ਨੇ ਐਕਵਾਇਰ ਕੀਤਾ ਜਾਂ ਜਿਹੜੇ ਡਿਪੋਜ਼ਿਟਸ ਬੈਂਕਾਂ ਦੇ ਵਿੱਚ ਉਹਦਾ ਕੋਈ ਉਹਦਾ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ, ਕੋਈ ਐਵੀਡੈਂਸ ਨਹੀਂ, ਨਾ ਇਨਕਮ ਟੈਕਸ ਰਿਟਰਨ ਭਰਦੇ ਨੇ, ਨਾ ਕੋਈ ਉਹਦਾ ਐਵੀਡੈਂਸ ਅਸੀਂ ਕਿੱਥੋਂ ਲੈ ਕੇ ਆਏ। ਸੋ ਇਟ ਇਜ਼ ਵੈਰੀ ਕਲੀਅਰ ਕਿ ਜਿਹੜਾ ਵੀ ਅਮਾਊਂਟ ਇਹਨਾਂ ਨੇ ਬੈਂਕਾਂ ਦੇ ਵਿੱਚ ਜਾਂ ਪ੍ਰੋਪਰਟੀ ਦੇ ਵਿੱਚ ਲਾਇਆ ਦੈਟ ਵਾਜ ਫਰੋਮ ਦੀ ਕ੍ਰਾਈਮ ਡਰੱਗ ਦੇ ਧੰਦੇ ਨਾਲ ਕਮਾਇਆ ਸੀਗਾ, ਉਹ ਅਟੈਚ ਕੀਤਾ ਗਿਆ। ਬਾਅਦ 'ਚ ਅੱਜ ਓਨਰੇਬਲ ਕੋਰਟ ਨੇ ਉਹ ਸਾਰੀ ਜਿਹੜੀ ਪ੍ਰੋਪਰਟੀ ਸੀਗੀ ਸਾਰੇ ਨੂੰ ਕਨਫਿਸਕੇਟ ਕਰਤਾ, ਨਾ ਉਹ ਦੈਟ ਭਾਰਤ ਸਰਕਾਰ ਦੀ ਪ੍ਰੋਪਰਟੀਜ਼ ਹੈ। ਹਾਊ ਡੂ ਯੂ ਫੀਲ ਕਿ ਤੁਹਾਡੇ ਦੋ ਮੇਨ ਕੇਸ ਗਏ, ਇੱਕ ਇਹ ਵਾਲਾ ਤੇ ਇੱਕ ਜਗਦੀਸ਼ ਭੋਲਾ ਵਾਲਾ, ਦੋਨਾਂ ਦੇ ਵਿੱਚ ਇਵਨ ਆਫਟਰ ਰਿਟਾਇਰਮੈਂਟ ਯੂ ਆਰ ਦੇਅਰ ਐਂਡ I feel, again I am saying, I feel vindicated. Because whatever me, I and my team, of course, I was not alone. I was accompanied by my team. So we are very happy because 10 saal sanu investigation de vich lagge, phir trial de vich lagge. So lot of work was there, lot of roadblocks were there. So, but we were determined ke jede dushman hai Punjab de, samaj de, unhanu saza honi chahiye. Te aaj Kandola bhai walk free? No. He has been taken, he is already in the custody in another case. Okay, we heard that his, he has completed no, his punishment. No, this will be decided later on. He is in the custody. Yes.